ਨਸ਼ਾ ਸ਼ਰੇਆਮ ਬਿਕਦਾ ਹੈ ਤੁਹਾਡੇ ਦਾਅਵੇ ਨੇ ਤੁਹਾਡੇ ਵਾਦੇ ਨੇ ਉਹ ਖੂਖਲੇ ਨੇ ਸਵਾਲ ਕਰਨਾ ਲੋਕਾਂ ਦਾ ਹੱਕ ਹੈ ਤੁਸੀਂ ਸਿਖਾਇਆ ਵੈਸੇ ਸਵਾਲ ਕਰ ਬਿਲਕੁਲ ਜੀ ਤੇ ਅਸੀਂ ਰੋਕਿਆ ਵੀ ਨਹੀਂ ਇੱਕ ਸਾਹਮਣੇ ਬੰਦਾ ਬੋਲ ਰਿਹਾ ਸੀ ਕਿ ਮੈਂ ਨਸ਼ਿਆੜਾ ਫੜਾਉਣਾ ਹੈ ਤਾਂ ਮੈਂ ਉੱਥੇ ਨਾਲ ਹੀ ਐਸਐਚਓ ਖੜੇ ਸੀ ਮੈਂ ਉਹਨੂੰ ਕਿਹਾ ਕਿ ਪੁਲਿਸ ਪਾਰਟੀ ਤੁਸੀਂ ਲੈ ਕੇ ਜਾਓ ਤੇ ਜਿੱਥੇ ਬੰਦਾ ਕਹਿੰਦਾ ਰੇਡ ਕਰੋ ਕਿ ਜੇ ਉਹ ਬੰਦਾ ਵਾਕਈ ਇਸ ਚੀਜ਼ ਦੇ ਵਿੱਚ ਹੈਗਾ ਤਾਂ ਤੁਸੀਂ ਉਹਨੂੰ ਜਿਹੜਾ ਫੜਕੇ ਅੰਦਰ ਕਰੋ DSP ਦਫ਼ਤਰ ਦੀ ਗੱਲ ਹੋਈ ਕਿ ਉਸ ਦਫ਼ਤਰ ਦੇ ਬਿਲਕੁਲ ਕੰਦੇ ਨਾਲ ਨਸ਼ਾ ਵੇਚਿਆ ਜਾ ਰਿਹਾ ਆ ਬਰਨਾਲੇ ਗੁਨਸਤੀ ਤੁਸੀਂ ਜੇ ਦੇਖੋ ਤਾਂ ਉਹਨਾਂ ਨੇ ਵੱਡੀਆਂ-ਵੱਡੀਆਂ ਖੇਪਾਂ ਫੜੀਆਂ 23 ਲੱਖ ਗੋਲੀ ਵੀ ਸੀਗੀ 18 ਕਿਲੋ ਮੈਂ ਆਪਣੇ ਹਲਕੇ ਦੇ ਵਿੱਚ ਹਰ ਇੱਕ ਪਿੰਡ ਤੇ ਜਾ ਕੇ ਇੱਕ ਚੀਜ਼ ਕਹਿਣਾ ਕਿ ਯਾਰ ਜਿਹੜੇ ਵੀ ਨੌਜਵਾਨ ਨੇ ਇਸ ਦਲਦਲ ਦੇ ਵਿੱਚ ਫਸ ਗਿਆ ਉਹ ਬਾਹਰ ਨਾ ਚਾਹੁੰਦਾ ਉਹਦੇ ਕੋਲੇ ਦਵਾਈ ਦਾ ਸਾਧਨ ਨਹੀਂ ਜਾਂ ਉਹਦਾ ਮਾਪਕ ਨੂੰ ਨਹੀਂ ਲੈ ਕੇ ਦੇ ਸਕਦਾ ਤਾਂ ਮੈਂ ਅਸੀਂ ਆਪਣੇ ਕੋਲ ਲਾਇਕੇ ਦਮਾ ਕਿਹੜੇ ਲੋਕ ਵੇਚਦੇ ਆ ਕਿੰਨੇ ਵਾਰ ਚੇਲ ਗਏ ਆ ਜਾਂ ਹੁਣ ਕੀ ਕਰੇ ਆ ਅਸੀਂ ਉਹਦੇ ਤੇ ਅਗਲਾ ਸਟੈਪ ਕਰਾਂਗੇ ਪੁਲਿਸ ਦਾ ਕੰਮ ਆ ਉਹਨੂੰ ਫੜ ਕੇ ਅੰਦਰ ਦੇਣਾ ਜ਼ਮਾਨਤ ਤਾਂ ਕੋਟ ਨਹੀਂ ਦੇਣੀ ਹੈ ਨਾ ਤਾਂ ਉਹ ਜ਼ਮਾਨਤ ਤੇ ਬਾਹਰ ਆ ਗਿਆ ਜੇ ਆ ਕੇ ਮੈਂ ਐਸਐਚਓ ਨੂੰ ਕਿਹਾ ਵੀ ਜੇ ਤੁਸੀਂ ਇਹਦੇ ਤੇ ਨਿਗਾਹ ਰੱਖੋ ਜੇ ਦੁਬਾਰੇ ਉਹ ਕੰਮ ਕਰਦਾ ਤਾਂ ਫਿਰ ਇਹਨੂੰ ਅੰਦਰ ਦੇ ਦਿਓ ਕਿ ਜਿਹੜੇ ਜਿਹੜੇ ਪੈਸਾ ਉਹਨਾਂ ਨੇ ਕਮਾਇਆ ਨਸ਼ਾ ਵੇਚ ਕੇ ਉਹਨੂੰ ਫ੍ਰੀਜ਼ ਕਰ ਰਹੇ ਆ ਤਾਂ ਕਿ ਦੂਸਰੇ ਹੋਰ ਬੰਦੇ ਜਿਹੜੇ ਦੇਖਦੇ ਸੀ ਕਿ ਯਾਰਾਂ ਨੇ ਕੋਠੀ ਬਣਾਲੀ ਨੇ ਘਰ ਬਣਾਲਿਆ ਵੀ ਮੈਂ ਵੀ ਸ਼ਾਇਦ ਇੱਧਰ ਨੂੰ ਪੈ ਜਾਵਾਂ ਚਾਹਸ ਨੂੰ ਇੱਕ ਜਿਹੜਾ ਸਿਸਟਮ ਹੈ ਉਹ ਫੇਲ ਹੋ ਗਿਆ ਕਿ ਲੋਕ ਹਣ ਆਪ ਡਾਂਕਾ ਚੱਕ ਕੇ ਆਪਦੇ ਪਿੰਡਾਂ ਨੂੰ ਆਪਦੇ ਘਰਾਂ ਨੂੰ ਸੁਰੱਖਿਤ ਕਰਨ ਦੀ ਕੋਸ਼ਿਸ਼ ਕਰ ਰਹੇ ਚਾਰੇ ਅਸੀਂ ਪੰਜੇ ਐਸਐਚਓ ਦੇ ਨਾਲ ਮਿਲ ਕੇ ਅਸੀਂ ਬਹੁਤ ਜਲਦ ਇਹਨਾਂ ਚੀਜ਼ਾਂ ਤੇ ਹੋਰ ਤਕੜੇ ਤਰੀਕੇ ਨਾਲ ਕੰਮ ਕਰ ਰਹੇ ਹਾਂ ਕਿਉਂਕਿ ਦੇਖੋ ਮੈਂ ਨਹੀਂ ਚਾਹੁੰਦਾ ਕਿ ਕਿਸੇ ਵੀ ਮਾਂ ਦਾ ਪੁੱਤ ਕਿਸੇ ਵੀ ਭੈਣ ਦਾ ਭਾਈ ਨਸ਼ੇ ਕਰਕੇ ਉਹ ਬਾਸੀ ਨੂੰ ਜਾਵੇ ਮੇਰੇ ਦਫ਼ਤਰ ਵੱਲੋਂ ਜਾਂ ਮੇਰੇ ਵੱਲੋਂ ਨਸ਼ੇ ਵਾਲੇ ਦੇ ਪੱਖ ਦੇ ਵਿੱਚ ਕਦੇ ਫੋਨ ਨਹੀਂ ਆਊਗਾ ਜੇ ਮੇਰੇ ਦਫ਼ਤਰ 'ਚ ਜੋ ਫੋਨ ਆਉਂਦਾ ਵੀ ਆ ਤਾਂ ਤੁਸੀਂ ਮੇਰੇ ਨਾਲ ਗੱਲ ਕਰੋਗੇ ਤੁਹਾਡਾ ਫਲਾਨਾ ਬੰਦਾ ਨਸ਼ੇੜ ਦੇ ਪੱਖ 'ਚ ਫੋਨ ਕਰੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮਹਾਂ ਸਰਖਾਪ ਦੋਸਤੋ ਨਸ਼ਾ ਨੂੰ ਲੈ ਕੇ ਇਸ ਵਕਤ ਬੇਸ਼ੱਕ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਡੇ ਉਪਰਾਲੇ ਕਰਦੇ ਨਜ਼ਰ ਆ ਰਹੇ ਵੱਡੇ ਦਾਅਵੇ ਵਾਅਦੇ ਕਰਦੇ ਨਜ਼ਰ ਆ ਰਹੇ ਆ ਬੇਸ਼ੱਕ ਰੋਜ਼ਾਨਾ ਅਜਿਹੀਆਂ ਖਬਰਾਂ ਵੀ ਤੁਹਾਡੇ ਤੱਕ ਲੈ ਕੇ ਆ ਰਹੇ ਆ ਕਿ ਵੱਡੀਆਂ ਖੇਪਾਂ ਫੜੀਆਂ ਜਾ ਰਹੀਆਂ ਨੇ ਪਰ ਜਦੋਂ ਜ਼ਮੀਨ ਤੇ ਜਾਂਦੇ ਆ ਤਾਂ ਜ਼ਰੂਰ ਕਿਤਨਾ ਕਿਤੇ ਆਮ ਲੋਕਾਂ ਦੇ ਵਿੱਚ ਨਿਰਾਸ਼ਾ ਪਾਈ ਜਾਂਦੀ ਆ ਹਾਲਾਂਕਿ ਬੀਤੇ ਦਿਨੀ ਇੱਕ ਵੀਡੀਓ ਸਾਹਮਣੇ ਆਈ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਇੱਕ ਪਿੰਡ ਦੇ ਵਿੱਚ ਸੰਬੋਧਨ ਕਰ ਰਹੀ ਸੀ ਤਾਂ ਉੱਥੇ ਨਸ਼ੇ ਨੂੰ ਲੈ ਕੇ ਥੋੜੀ ਬਹੁਤ ਤਲਖੀ ਜਿਹੜੀ ਕਿ ਹੁੰਦੀ ਨਜ਼ਰ ਆਈ ਤਾਂ ਉਹ ਕੀ ਤਲਖੀ ਸੀ ਤੇ ਅਸਲੀਅਤ ਕੀ ਆ ਹਾਲਾਂਕਿ ਜ਼ਮੀਨ ਦੇ ਉੱਤੇ ਨਸ਼ਾ ਕਿਸ ਤਰੀਕੇ ਨਾਲ ਬੰਦ ਕੀਤਾ ਜਾ ਰਿਹਾ ਆ ਕਿਵੇਂ ਪਿੰਡਾਂ ਚੋਂ ਕਿਵੇਂ ਸ਼ਹਿਰਾਂ ਚੋਂ ਨਸ਼ੇ ਨੂੰ ਬਾਹਰ ਕੱਢ ਕੇ ਜਵਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰੇ ਨਾਲ ਵਿਧਾਇਕ ਖਲਾਬ ਸਿੰਘ ਉਗੋਕੇ ਨੇ ਉਗੋਕੇ ਸਾਹਿਬ ਸਵਾਗਤ ਹੈ ਸਪੋਕਸਮੈਨ ਟੀਵੀ ਤੇ ਸਤਿ ਸ੍ਰੀ ਅਕਾਲ ਜੀ ਬੀਤੇ ਦਿਨੀ ਇੱਕ ਪਿੰਡ ਦੇ ਵਿੱਚ ਹਲਕੇ ਦੇ ਵਿੱਚ ਸੰਬੋਧਨ ਹੋ ਰਿਹਾ ਸੀ ਤੇ ਤਲਖੀ ਹੋਈ ਉੱਥੇ ਕੁਝ ਪਿੰਡ ਵਾਸੀ ਕਹਿੰਦੇ ਕਿ ਨਸ਼ਾ ਸ਼ਰੇਆਮ ਵਿਕਦਾ ਆ ਤੁਹਾਡੇ ਦਾਅਵੇ ਨੇ ਤੁਹਾਡੇ ਵਾਅਦੇ ਅਸਲੀਅਤ ਕੀ ਹੈ ਪਹਿਲਾਂ ਤੁਸੀਂ ਉਹ ਅਸਲ ਵੀਡੀਓ ਦਾ ਸੱਚ ਜਾਨਣਾ ਚਾਹਾਂਗੇ ਅ ਦੇਖੋ ਜੀ ਅਸੀਂ ਜਿੱਦਾਂ ਹੀ ਸੇਮ ਸਿੰਘ ਸਾਹਿਬ ਨੇ ਕਿਹਾ ਕਿ ਲੋਕਾਂ ਦੇ ਨਾਲ ਮਿਲ ਕੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਪਿੰਡਾਂ ਦੇ ਵਿੱਚ ਨਸ਼ੇ ਦੇ ਸਬੰਧ ਦੇ ਵਿੱਚ ਮੀਟਿੰਗਾਂ ਕਰ ਰਹੇ ਇੱਕ ਤਾਂ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਲਈ ਕਿ ਜ਼ਿੰਦਗੀ ਬਹੁਤ ਪਿਆਰੀ ਆ ਇਹ ਦੁਬਾਰੇ ਮਿਲਦੀ ਨਹੀਂ ਔਰ ਦੂਸਰੀ ਗੱਲ ਮੈਂ ਆਪਣੇ ਹਲਕੇ ਦੇ ਵਿੱਚ ਹਰ ਇੱਕ ਪਿੰਡ 'ਚ ਜਾ ਕੇ ਇੱਕ ਚੀਜ਼ ਕਹਣਾ ਕਿ ਯਾਰ ਜਿਹੜੇ ਵੀ ਨੌਜਵਾਨ ਨੇ ਇਸ ਨਾਲ ਦਦੇ ਵਿੱਚ ਫਸ ਗਿਆ ਉਹ ਬਾਹਰ ਨਾ ចਹਦਾ ਉਹਦੇ ਕੋਲੇ ਦਵਾਈ ਦਾ ਸਾਧਨ ਨਹੀਂ ਜਾਂ ਉਹਦਾ ਮਾਪੇ ਉਹਨੂੰ ਨਹੀਂ ਲੈ ਕੇ ਦੇ ਸਕਦਾ ਤਾਂ ਮੈਂ ਅਸੀਂ ਆਪਣੇ ਕੋਲ ਲੈ ਕੇ ਦਮਾਂਗੇ ਇਹ ਜ਼ਿੰਮੇਵਾਰੀ ਦੇ ਲਈ ਜਾ ਰਹੇ ਹਾਂ ਦੂਸਰੀ ਗੱਲ ਪ੍ਰਸ਼ਾਸਨ ਨੂੰ ਅਸੀਂ ਨਾਲ ਲੈ ਕੇ ਜਾਨੇ ਆ ਇੱਕ ਵਾਰ ਅਸੀਂ ਇਹ ਮੀਟਿੰਗਾਂ ਦਾ سلسلہ ਜਿਹੜਾ ਪਿੰਡਾਂ ਦੇ ਲੋਕਾਂ ਦੇ ਨਾਲ ਮਿਲ ਕੇ ਕਰ ਰਹੇ ਹਾਂ ਉਸ ਤੋਂ ਬਾਅਦ ਅਸੀਂ ਸਾਰੀਆਂ ਲਿਸਟਾਂ ਲੈ ਕੇ ਤੇ ਕਿਹੜੇ ਲੋਕ ਬੇਚਦੇ ਆ ਕਿੰਨੇ ਵਾਰ ਚੇਲ ਗਏ ਆ ਜਾਂ ਹੁਣ ਕੀ ਕਰੇ ਆ ਅਸੀਂ ਉਹਦੇ ਤੇ ਅਗਲਾ ਸਟੈਪ ਕਰਾਂਗੇ ਉਹਦੇ ਲਈ ਇੱਕ ਵਾਰ ਅਸੀਂ ਸਾਰੇ ਪਿੰਡਾਂ 'ਚ ਜਾ ਰਹੇ ਹਾਂ ਤਾਂ ਉਹ ਮੇਰੇ ਹਲਕੇ ਦਾ ਪਿੰਡ ਮੱਝੂ ਕੇ ਜਿੱਥੇ ਅਸੀਂ ਇਹ ਗੱਲ ਕਰ ਰਹੇ ਸੀ ਤਾਂ ਸਵਾਲ ਕਰਨਾ ਲੋਕਾਂ ਦਾ ਹੱਕ ਹੈ ਕਿਉਂਕਿ ਉਹਨਾਂ ਨੇ ਸਾਨੂੰ ਚੁਣਿਆ ਇਹ ਵੀ ਤੁਸੀਂ ਸਿਖਾਇਆ ਵੈਸੇ ਸਵਾਲ ਕਰਨ ਬਿਲਕੁਲ ਜੀ ਤੇ ਅਸੀਂ ਰੋਕਿਆ ਵੀ ਨਹੀਂ ਠੀਕ ਹੈ ਸਵਾਲ ਕਰਨ ਤੋਂ ਰੋਕਿਆ ਵੀ ਨਹੀਂ ਮੈਂ ਉਹਨਾਂ ਨੂੰ ਕਿਹਾ ਕਿ ਹਾਂ ਮੈਂ ਆਪ ਮਾਈਕ ਦਿੱਤਾ ਉਹਨਾਂ ਨੂੰ ਕਿ ਤੁਸੀਂ ਪੁੱਛੋ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ ਕਿਉਂਕਿ ਉਹਨਾਂ ਦਾ ਹੱਕ ਆ ਤੇ ਸਾਡਾ ਫਰਜ਼ ਆ ਉਹਨਾਂ ਦੀਆਂ ਗੱਲਾਂ ਦੇ ਜਵਾਬ ਦੇਣਾ ਤਾਂ ਉੱਥੇ ਜਿਹੜੀ ਗੱਲ ਹੋਈ ਕਿ ਉਹ ਇੱਕ ਸਾਹਮਣੇ ਬੰਦਾ ਬੋਲ ਰਿਹਾ ਸੀ ਕਿ ਮੈਂ ਨਸ਼ੇ ਆੜਾ ਫੜਾਉਣਾ ਤੇ ਮੈਂ ਉੱਥੇ ਨਾਲ ਹੀ ਐਸਐਚਓ ਖੜੇ ਸੀ ਮੈਂ ਉਹਨਾਂ ਨੂੰ ਕਿਹਾ ਕਿ ਪੁਲਿਸ ਪਾਰਟੀ ਤੁਸੀਂ ਲੈ ਕੇ ਜਾਓ ਤੇ ਜਿੱਥੇ ਬੰਦਾ ਕਹਿੰਦਾ ਰੇਡ ਕਰੋ ਕਿ ਜੇ ਉਹ ਬੰਦਾ ਵਾਕਈ ਇਸ ਚੀਜ਼ ਦੇ ਵਿੱਚ ਹੈਗਾ ਤਾਂ ਤੁਸੀਂ ਉਹਨੂੰ ਜਿਹੜਾ ਫੜਕੇ ਅੰਦਰ ਕਰੋ ਕਿ ਪੁਲਿਸ ਪਾਰਟੀ ਉਥੇ ਗਈ ਉਹ ਬੰਦਾ ਉਥੇ ਹੈ ਨਹੀਂ ਸੀ ਤੇ ਜਦੋਂ ਉਹ ਵੈਰੀਫਾਈ ਕਰਿਆ ਤਾਂ ਆਲਰੇਡੀ ਉਹ ਇੱਕ ਦੋ ਦਿਨ ਪਹਿਲਾਂ ਹੀ ਉਹ ਜ਼ਮਾਨਤ ਤੇ ਆਇਆ ਉਹੀ ਜਿਹੜਾ ਨਸ਼ਾ ਤਸਕਰ ਦਾ ਜ਼ਿਕਰ ਹੋ ਰਿਹਾ ਸੀ ਉਹ ਉਹ ਜ਼ਮਾਨਤ ਤੇ ਆਇਆ ਹੁਣ ਦੇਖੋ ਪੁਲਿਸ ਦਾ ਕੰਮ ਆ ਉਹਨੂੰ ਫੜ ਕੇ ਅੰਦਰ ਦੇਣਾ ਜ਼ਮਾਨਤ ਤਾਂ ਕੋਟ ਨੇ ਦੇਣੀ ਹੈ ਨਾ ਤਾਂ ਉਹ ਜ਼ਮਾਨਤ ਤੇ ਬਾਹਰ ਆ ਗਿਆ ਜੇ ਆ ਕੇ ਮੈਂ ਐਸਐਚਓ ਨੂੰ ਕਿਹਾ ਵੀ ਜੇ ਤੁਸੀਂ ਇਹਦੇ ਤੇ ਨਿਗਾਹ ਰੱਖੋ ਜੇ ਦੁਬਾਰੇ ਉਹ ਕੰਮ ਕਰਦਾ ਤਾਂ ਫਿਰ ਇਹਨੂੰ ਅੰਦਰ ਦਿਓ ਲੋਕਾਂ ਦੇ ਦੇਖੋ ਇੱਕੇ ਦਮ ਇਹ ਚੀਜ਼ ਨੂੰ ਬੰਦ ਵੀ ਨਹੀਂ ਕਰਿਆ ਜਾ ਸਕਦਾ ਬੜੇ ਲੰਮੇ ਟਾਈਮ ਤੋਂ ਇੱਕ ਕੋਡ ਆ ਜਿਹੜਾ ਉਹ ਪੰਜਾਬ ਦੀ ਜਵਾਨੀ ਤੇ ਲੱਗਿਆ ਅੱਜ ਹੀ ਜਿਹੜਾ ਸੀਐਮ ਸਾਹਿਬ ਨੇ ਜਿਹੜੀ ਜਿਹੜੀ ਉਹ ਪੋਸਟ ਸ਼ੇਅਰ ਕਰੀਏ ਤਾਂ ਉਹਦੇ ਦੱਸਿਆ ਗਿਆ ਕਿ ਕਿੰਨੀ ਖੇਪ ਫੜੀ ਗਈ ਆ ਕਿੰਨੀਆਂ ਦੀਆਂ ਪ੍ਰਾਪਰਟੀਆਂ ਸਿਲ ਕੇ ਜਬਤ ਕਰੀਆਂ ਗਈਆਂ ਦੇਖੋ ਇੱਕ ਚੀਜ਼ ਇਹ ਸਰਕਾਰ ਕਰੀ ਆ ਕਿ ਜਿਹੜੇ ਜਿਹੜੇ ਪੈਸਾ ਉਹਨਾਂ ਨੇ ਕਮਾਇਆ ਨਸ਼ਾ ਵੇਚ ਕੇ ਉਹਨੂੰ ਫ੍ਰੀਜ਼ ਕਰ ਰਹੇ ਆ ਤਾਂ ਕਿ ਦੂਸਰੇ ਹੋਰ ਬੰਦੇ ਜਿਹੜੇ ਦੇਖਦੇ ਸੀ ਕਿ ਯਾਰਾਂ ਨੇ ਕੋਠੀ ਬਣਾਈ ਉਹਨੇ ਘਰ ਬਣਾ ਲਿਆ ਵੀ ਮੈਂ ਵੀ ਸ਼ਾਇਦ ਇੱਧਰ ਨੂੰ ਪੈ ਜਾਵਾਂ ਤਾਂ ਉਹ ਚੀਜ਼ ਤੇ ਕਾਰਵਾਈ ਹੈ ਜਿਹੜੀ ਉਹ ਇੱਕ ਵੱਡਾ ਕਦਮ ਹੈਗਾ ਨਸ਼ੇ ਤਸ਼ਕਰਾ ਨੂੰ ਜਿਹੜਾ ਖਤਮ ਕਰਨ ਦੇ ਲਈ ਔਰ ਬਾਕੀ ਅਸੀਂ ਪਿੰਡਾਂ ਦੇ ਵਿੱਚ ਮੇਨਲੀ ਮੇਰਾ ਫੋਕਸ ਜਿਹੜਾ ਹੈਗਾ ਉਹ ਗਰਾਊਂਡਾਂ ਤੇ ਆ ਠੀਕ ਹੈ ਤੇ ਪਿੰਡਾਂ ਦੇ ਵਿੱਚ ਚੰਗੀਆਂ ਲਾਇਬ੍ਰੇਰੀਆਂ ਦੇ ਸਲਾਮ ਜੀ ਪਰ ਜਿਸ ਤਰੀਕੇ ਦੇ ਨਾਲ ਉਸ ਵਿਅਕਤੀ ਵੱਲੋਂ ਕਿਹਾ ਗਿਆ ਕਿ ਡੀਐਸਪੀ ਦਫ਼ਤਰ ਦੀ ਗੱਲ ਹੋਈ ਕਿ ਉਸ ਦਫ਼ਤਰ ਦੇ ਬਿਲਕੁਲ ਕੰਧ ਦੇ ਨਾਲ ਨਸ਼ਾ ਵੇਚਿਆ ਜਾ ਰਿਹਾ ਆ ਤਾਂ ਤੁਹਾਡੇ ਹਲਕੇ ਦੇ ਪੁਲਿਸ ਪ੍ਰਸ਼ਾਸਨ ਤੇ ਤੁਹਾਡੇ ਖੁਦ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਿੱਧੇ ਤੌਰ ਤੇ ਸਵਾਲ ਖੜਾ ਕੀਤਾ ਗਿਆ ਕਿ ਕਿਤੇ ਨਾ ਕਿਤੇ ਮਿਲੀ ਭੁਗਤਿਆ ਇਸ਼ਾਰਾ ਹੋਇਆ ਨਹੀਂ ਨਹੀਂ ਮੇਰੇ ਉਹ ਉਹ ਗੱਲ ਮੇਰੇ ਹਲਕੇ ਦੀ ਨਹੀਂ ਸੀ ਜਿਹੜੀ ਉਹ ਵੇਚਣ ਵਾਲੀ ਸੀ ਮੈਂ ਬਰਨਾਲੇ ਪੁਲਿਸ ਦੀ ਤੁਸੀਂ ਜੇ ਦੇਖੋ ਤਾਂ ਉਹਨਾਂ ਨੇ ਵੱਡੀਆਂ-ਵੱਡੀਆਂ ਖੇਪਾਂ ਫੜੀਆਂ 23 ਲੱਖ ਗੋਲੀ ਵੀ ਸੀਗੀ 18 ਕਮਿੰਡਲ ਭੁੱਕੀ ਸੀ ਮਤਲਬ ਬਰਨਾਲੇ ਦੇ ਵਿੱਚ ਵੇਚਦੀ ਜਦੋਂ ਕਈ ਵਾਰੀ ਟ੍ਰਾਂਸਫਰ ਕਰਦੇ ਆ ਨਸ਼ਾ ਤਾਂ ਸਾਡੀ ਬਰਨਾਲੇ ਜ਼ਿਲ੍ਹੇ ਦੀ ਪੁਲਿਸ ਨੇ ਬੜੀਆਂ ਵੱਡੀਆਂ ਵੱਡੀਆਂ ਖੇਪਾਂ ਫੜੀਆਂ ਦੇਖੋ ਇੱਕ ਚੀਜ਼ ਹੈਗੀ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਜੋ ਚੱਲਦਾ ਸੀ ਕੋਈ ਵੀ ਵਿਭਾਗ ਆ ਉਸ ਚੀਜ਼ ਨੂੰ ਜਿਹੜਾ ਹੁਣ ਬਦਲਣਾ ਚਾਹੁੰਦਾ ਕਿਉਂਕਿ ਉਹਨਾਂ ਦੀ ਮਤਲਬ ਆਪਾਂ ਉਹ ਚੀਜ਼ ਹੀ ਇਸ ਤਰ੍ਹਾਂ ਦੀ ਬਣਾਤੀ ਕਿ ਯਾਰ ਇਹੀ ਵਗਾਉਂਦੇ ਆ ਕੋਈ ਵੀ ਬੰਦਾ ਜੇ ਮੰਨ ਲਓ ਮੈਂ ਅਜੇ ਮੇਰੇ ਮੇਰੇ ਹਲਕੇ 'ਚ ਨਸ਼ਾ ਬਿਕਦਾ ਹੈ ਉਹ ਬਿਕ ਰਿਹਾ ਪਰ ਉਹਨੂੰ ਖਤਮ ਕਰਨ ਲਈ ਲੱਗੇ ਹੋਏ ਹਾਂ ਕਿਉਂਕਿ ਮੇਰੇ ਹਲਕੇ ਦੇ ਵਿੱਚ ਕੀ ਹੈ ਕਿ ਨਾਲ ਸਾਡੇ ਇੱਕ ਭਾਈ ਰੂਪਾ ਪੈਂਦਾ ਭਾਈ ਰੂਪੇ ਦਾ ਜਿਹੜਾ ਤਸਕਰ ਹੈ ਉਹਨੂੰ ਹੀ ਭਾਈ ਰੂਪੇ ਉਧਰੋਂ ਫੂਲ ਦੀ ਪੁਲਿਸ ਨੇ ਤੇ ਭਧੌੜ ਪੁਲਿਸ ਨੇ ਸਾਂਝੇ ਆਪਰੇਸ਼ਨ ਦੇ ਨਾਲ ਉਹਨੂੰ ਅੰਦਰ ਭੇਜਿਆ ਉਹਦੇ ਨਾਲ ਸਾਡੇ ਏਰੀਆ 'ਚ ਬਹੁਤ ਸ਼ਾਂਤੀ ਹੈ ਜਿਹੜੇ ਸਾਡੇ ਪਿੰਡ ਹੱਦਬੰਦੀ ਤੇ ਲੱਗਦੇ ਆ ਦੂਸਰੇ ਹਲਕੇ ਨਾਲ ਸਾਡੇ ਥੋੜਾ ਉਥੋਂ ਨੌਜਵਾਨ ਲੈ ਆਉਂਦੇ ਆ ਜਾਂ ਉਹ ਵੇਚਣ ਆ ਜਾਂਦੇ ਆ ਉਹਨਾਂ ਤੇ ਵੀ ਕੜੀ ਜਿਹੜੀ ਨਿਗਰਾਨੀ ਰੱਖੀ ਜਾ ਰਹੀ ਆ ਮੇਰੇ ਹਲਕੇ ਦੇ ਕੁਝ ਕਮਿੰਡਸਤਰ ਨੇ ਜਿੱਥੇ ਕਿ 25-25 ਪਰਚੇ ਵੀ ਦਿੱਤੇ ਆ ਪੁਲਿਸ ਨੂੰ ਪ੍ਰਸ਼ਾਸਨ ਦਾ ਇਹ ਆ ਕਿ ਉਹ ਪਰਚਾ ਕਰਕੇ ਅੰਦਰ ਦੇ ਸਕਦੀ ਆ ਬੇਲਕੋਟ ਨਹੀਂ ਕਰਨੀ ਆ ਪਰ ਇੱਕ ਚੀਜ਼ ਆ ਮੈਂ ਸਾਡੇ 4 ਤਾਂ ਪੱਕੇ ਥਾਣੇ ਪੈਂਦੇ ਆ ਇੱਕ ਸਾਡੇ ਹਲਕੇ ਦੇ ਜਿਹੜੇ ਪਿੰਡੋਤਨੋਲੇ ਥਾਣੇ ਚ ਪੈਂਦੇ ਆ ਚਾਰੇ ਅਸੀਂ 5 ਐਸਐਚਓ ਦੇ ਨਾਲ ਮਿਲ ਕੇ ਅਸੀਂ ਬਹੁਤ ਜਲਦ ਇਹਨਾਂ ਚੀਜ਼ਾਂ ਤੇ ਹੋਰ ਤਕੜੇ ਤਰੀਕੇ ਨਾਲ ਕੰਮ ਕਰ ਰਹੇ ਆ ਕਿਉਂਕਿ ਦੇਖੋ ਮੈਂ ਨਹੀਂ ਚਾਹੁੰਦਾ ਕਿ ਕਿਸੇ ਵੀ ਮਾਂ ਦਾ ਪੁੱਤ ਕਿਸੇ ਵੀ ਭੈਣ ਦਾ ਭਾਈ ਨਸ਼ੇ ਕਰਕੇ ਉਹ ਬਸੇ ਨੂੰ ਜਾਵੇ ਕਿਉਂਕਿ ਅਸੀਂ ਜ਼ਿਆਦਾਤਰ ਮੈਂ ਜੋਰ ਲਾ ਰਹੇ ਹਾਂ ਜਿਹੜਾ ਖੇਡ ਗਰਾਉਂਡਾਂ ਤੇ ਮੇਰੇ ਹਲਕੇ ਚ ਦੋ ਪਿੰਡਾਂ ਚ ਕੰਮ ਚੱਲੀ ਜਾਂਦਾ ਖੇਡ ਗਰਾਉਂਡਾਂ ਦਾ ਜੀ ਤੇ ਅਸੀਂ 8 ਪਿੰਡ ਹੋਰ ਵੈਰੀਫਾਈ ਕਰਿਆ ਜਿਸ ਸੇ ਸਟੈਂਡਰਡ ਟ੍ਰੈਕ ਬਣਾਉਣੇ ਅਸੀਂ 800 ਮੀਟਰ ਦੇ ਠੀਕ ਹੈ ਜੀ ਤੇ ਤਾਂ ਕਿ ਨੌਜਵਾਨ ਆ ਜਿਹੜੇ ਉਹ ਸਮਾਂ ਬਹਿਲਾ ਬੈਠਣ ਨਾਲੋਂ ਗਰਾਉਂਡ ਤੇ ਜਾਣ ਸਵੇਰੇ ਜਾਣ ਜਾਂ ਸ਼ਾਮ ਨੂੰ ਜਾਣ ਤੇ ਉਸ ਤੋਂ ਬਾਅਦ ਕਿਤਾਬਾਂ ਦਾ ਹਰ ਇੱਕ ਇਨਸਾਨ ਦੀ ਜ਼ਿੰਦਗੀ ਚ ਬੜਾ ਜਿਹੜਾ ਚੰਗਾ ਯੋਗਦਾਨ ਹੁੰਦਾ ਜਿਨੇ ਮੇਰੇ ਹਲਕੇ ਚ 13 ਮਨਰੇਗਾ ਭਵਨਾਂ ਦਾ ਕੰਮ ਚੱਲ ਰਿਹਾ ਉਹਦੇ ਚ ਇੱਕ ਦਾ ਰੂੜੇ ਕੇ ਕਲਾ ਲਾਇਬ੍ਰੇਰੀ ਬਣ ਚੁੱਕੀ ਆ 35 ਲੱਖ ਰੁਪਏ ਦੀ ਠੀਕ ਹੈ 25 ਲੱਖ ਦੀ ਉਹ ਬਿਲਡਿੰਗ ਵਿੱਚ ਹੀ ਕਿਤਾਬਾਂ ਲਾ ਕੇ ਉਸ ਤੋਂ ਬਾਅਦ ਫਰਨੀਚਰ ਲਾ ਕੇ ਉਹ 35 ਲੱਖ ਰੁਪਏ ਤੱਕ ਬਣ ਗਈ ਤਾਂ 13 ਦਾ ਉਹ ਕੰਮ ਚੱਲ ਰਿਹਾ ਅਸੀਂ ਉਹ ਤੇ ਲਾਇਬ੍ਰੇਰੀਆਂ ਜਿਹੜੀਆਂ ਬਣਾਉਣ ਦੀ ਜਿਹੜੀ ਸਾਡੀ ਪੂਰੀ ਜੱਦੋਂ ਦੇਖਦਾ ਕਿ ਉਹਨੇ ਸਾਰਿਆਂ ਚ ਲਾਇਬ੍ਰੇਰੀਆਂ ਬਣਾਈਏ ਤਾਂ ਕਿ ਜਿਹੜੇ ਚੰਗੇ ਪਿੰਡ ਨੇ ਜਿੱਥੇ ਜਾਦੇ ਨੌਜਵਾਨੀਆਂ ਉਹ ਕਿਤਾਬਾਂ ਵੱਲ ਨੂੰ ਪ੍ਰੇਰਿਤ ਹੋ ਸਕੀ। ਲਓ ਜੀ ਪਰ ਜਿਸ ਤਰੀਕੇ ਦਾ ਨਸ਼ੇ ਦੀ ਗੱਲ ਹੋ ਰਹੀ ਹੈ ਤਾਂ ਨਸ਼ੇ ਦੇ ਵਿੱਚ ਆਮ ਜਿਹੜਾ ਵਿਅਕਤੀ ਆ ਜਾਂ ਆਮ ਲੋਕ ਨੇ ਉਹ ਪਰੇਸ਼ਾਨ ਨੇ ਕਿ ਨਸ਼ੇ ਨੂੰ ਲੈ ਕੇ ਤੁਹਾਡੀ ਸਰਕਾਰ ਨੇ ਵਾਅਦੇ ਬਹੁਤ ਕੀਤੇ ਪਰ ਬੰਦ ਨਹੀਂ ਹੋ ਰਿਹਾ। ਤੁਹਾਡੇ ਤੇ ਵੀ ਉਹੀ ਦੋਸ਼ ਲੱਗਦੇ ਨੇ ਜੋ ਤੁਸੀਂ ਵਿਰੋਧੀਆਂ ਤੇ ਲਾਉਂਦੇ ਰਹੇ ਹੋ ਜਾਂ ਪਹਿਲਾਂ ਦੀਆਂ ਸਰਕਾਰਾਂ ਤੇ ਲਾਉਂਦੇ ਰਹੇ ਕਿ ਮਿਲੀ ਭੁਗਤਣਾ ਚੱਲਦਾ ਇਹ ਪੈਸੇ ਖਾਂਦੇ ਨੇ ਇਹਨਾਂ ਦੇ ਕਰੋਨਾ ਸਾਹ ਚੱਲਦਾ ਸੀ ਉਹ ਇਲਜ਼ਾਮ ਹੁਣ ਤੁਹਾਡੇ ਤੇ ਵੀ ਲੱਗਦੇ ਨੇ। ਦੇਖੋ ਜੀ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇੱਕ ਚੀਜ਼ ਕਹਿਣਾ ਚਾਹੁੰਦਾ ਜੀ ਮੇਰੇ ਹਲਕੇ ਦੇ ਚਾਰ ਐਸ ਐਚਓ ਡੀ ਐਸ ਪੀ ਤਹਿਸੀਲਦਾਰ ਇੱਕ ਵੀ ਬੰਦਾ ਬਾਹਰ ਖੜੀ ਕਰਕੇ ਇਹ ਕਹਦੇ ਕਿ ਸਾਡੇ ਵੱਲੋਂ ਇੱਕ ਸਿੰਗਲ ਰੁਪਏ ਦੀ ਬਗਾਰ ਹੋ ਗਈ ਉਹਨਾਂ ਨੂੰ ਦੂਸਰੀ ਗੱਲ ਜਿਸ ਦਿਨ ਹੁਣ ਦੁਬਾਰੇ ਸਾਡੇ ਨਵੇਂ ਡੀ ਐਸ ਪੀ ਆਇਆ 20 ਦਿਨ ਪਹਿਲਾਂ ਮੈਂ ਚਾਰੇ ਐਸ ਐਚਓ ਡੀ ਐਸ ਪੀ ਨੂੰ ਬੁਹਾ ਕੇ ਇੱਕੋ ਹੀ ਗੱਲ ਕਹੀ ਆ ਕਿ ਮੇਰੇ ਦਫ਼ਤਰ ਵੱਲੋਂ ਜਾਂ ਮੇਰੇ ਵੱਲੋਂ ਨਸ਼ੇ ਵਾਲੇ ਦੇ ਪੱਖ ਦੇ ਵਿੱਚ ਠੀਕ ਹੈ ਕਦੇ ਫੋਨ ਨਹੀਂ ਆਊਗਾ ਜੇ ਮੇਰੇ ਦਫ਼ਤਰ 'ਚੋਂ ਫੋਨ ਆਉਂਦਾ ਵੀ ਆ ਤਾਂ ਤੁਸੀਂ ਮੇਰੇ ਨਾਲ ਗੱਲ ਕਰੋਗੇ ਤੁਹਾਡਾ ਫਲਾਨਾ ਬੰਦਾ ਨਸ਼ੇੜ ਦੇ ਪੱਖ 'ਚ ਫੋਨ ਕਰ ਰਿਹਾ ਪਰ ਅਸੀਂ ਸਖਤ ਹਦਾਇਤਾਂ ਕਰੀਆਂ ਕਿ ਸਾਡੇ ਦਫ਼ਤਰ ਵੱਲੋਂ ਫੋਨ ਨਹੀਂ ਆਊਗਾ ਜਿਹੜਾ ਦੋਸ਼ੀ ਹੈ ਜਿਹਦੇ ਕਰਕੇ ਕਿਸੇ ਭੈਣ ਦਾ ਭਾਈ ਜਾਂਦਾ ਉਹਨੂੰ ਚੱਕ ਕੇ ਅੰਦਰ ਦਿਓ ਔਰ ਦੂਸਰੀ ਗੱਲ ਕਿ ਮੈਂ ਪੁਰਾਣੀਆਂ ਜਿਹੜੀਆਂ ਸਰਕਾਰਾਂ ਸੀ ਸੱਜੇ ਖੱਬੇ ਬੈਠੇ ਇਹ ਲੋਕ ਤਸਕਰ ਹੁੰਦੇ ਸੀ ਮੈਂ ਹਰ ਇੱਕ ਬੰਦੇ ਨੂੰ ਕਹਿਣਾ ਕਿ ਸਾਡੇ ਜਿਹੜੇ ਨਾਲ ਬੈਠੇ ਆ ਤੁਸੀਂ ਸਾਬਿਤ ਕਰ ਦਿਓ ਕਿ ਇਹ ਬੰਦੇ ਨਸ਼ਾ ਵੇਚਦੇ ਆ ਖਤਮ ਕਰਨ ਨੂੰ ਲੱਗੇ ਹੋਇਆ ਮੈਂ ਵੀ ਨਹੀਂ ਚਾਹੁੰਦਾ ਕਿ ਇਹ ਸਾਡੇ ਨੌਜਵਾਨਾਂ ਤੇ ਕਲੰਕਰ ਇਹ ਕਿਉਂਕਿ ਪੰਜਾਬ ਦੇ ਨੌਜਵਾਨਾਂ ਨੇ ਖੈਬਰ ਦੇ ਦਰਿਆ ਤੱਕ ਜਿਹੜੀਆਂ ਬਿਲਕੁਲ ਮਤਲਬ ਉਹ ਨਿਸ਼ਾਨ ਜਿਹੜੇ ਝੁਲਾਏ ਹੋਏ ਆ ਤੇ ਦੁਨੀਆ ਭਰ ਚ ਨਾਮ ਚੱਲਦਾ ਹੈ ਨਾ ਚਲੋ ਕਿਤੇ ਨਾ ਕਿਤੇ ਪੁਰਾਣੇ ਸਿਸਟਮ ਦੇ ਵਿੱਚ ਪੈ ਕੇ ਜਾਂ ਪੈਸੇ ਦੇ ਲਾਲਚ ਦੇ ਵਿੱਚ ਲੋਕਾਂ ਨੇ ਇਸ ਚੀਜ਼ ਨੂੰ ਪੰਜਾਬ ਦੇ ਵਿੱਚ ਕੋੜ ਦੇ ਵਾਂਗ ਲੈ ਜਾਂਦਾ ਪਰ ਉਹਨੂੰ ਖਤਮ ਕਰਨ ਦੇ ਲਈ ਵੀ ਲੱਗੇ ਹੋਏ ਆ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਪਿੰਡਾਂ 'ਚ ਜਾ ਕੇ ਲੋਕਾਂ ਨਾਲ ਜਿਹੜੀਆਂ ਕਮੇਟੀਆਂ ਖੁਦ ਬਣੀ ਆ ਉਹਨਾਂ ਨੂੰ ਮਿਲ ਰਹੇ ਆ ਔਰ ਮੈਂ ਇੱਕ ਚੀਜ਼ ਪਿੰਡਾਂ ਦੇ ਵਿੱਚ ਜਾ ਕੇ ਇੱਕ ਚੀਜ਼ ਕਹਿਣਾ ਕਿ ਨਸ਼ੇ ਦੀ ਜਿਹੜੀ ਅੱਗ ਹੈ ਜੀ ਉਹਨਾਂ ਤਾਂ ਇਹ ਦੇਖੇ ਕਿ ਆਮ ਆਦਮੀ ਪਾਰਟੀ ਦਾ ਪੁੱਤ ਹੈ ਨਾ ਉਹ ਇਹ ਦੇਖੇ ਕਾਲੀ ਦਲ ਦਾ ਨਾ ਉਹ ਕਾਂਗਰਸ ਦਾ ਵੀ ਜਿਹੜੇ ਪਿੰਡ ਦੇ ਲੋਕ ਨੇ ਆਪਾਂ ਮਿਲ ਕੇ ਇਸ ਚੀਜ਼ ਨੂੰ ਖਤਮ ਕਰਨਾ ਕਿਉਂਕਿ ਕਲੰਕ ਹੈ ਜਿਹੜਾ ਇਹਦੇ ਨਾਲ ਸਾਡੀ ਨੌਜਵਾਨੀ ਜਿਹੜੀ ਉਹ ਖਤਮ ਹੋ ਰਹੀ ਹੈ ਕਲੰਕ ਇੰਨਾ ਕਿ ਜ਼ਿਆਦਾ ਮੱਥੇ ਤੇ ਲੱਗ ਚੁੱਕਿਆ ਹੈ ਜਾਂ ਨੌਜਵਾਨੀ ਇਸ ਤਰੀਕੇ ਨਾਲ ਪ੍ਰਭਾਵਿਤ ਹੈ ਕਿ ਲੋਕਾਂ ਨੂੰ ਮਜਬੂਰ ਹੋ ਕੇ ਆਪ ਹੁਣ ਰਾਤ ਨੂੰ ਪਹਿਰੇ ਲਾਉਣੇ ਪੈਂਦੇ ਨੇ ਆਪ ਡਾਂਕਾ ਚੁੱਕਣੇ ਆ ਪੈਰੀਆਂ ਨੇ ਤਾਂ ਕਿਤਨਾ ਕਿਤੇ ਇਹ ਮੰਨ ਲਈਏ ਕਿ ਪ੍ਰਸ਼ਾਸਨਿਕ ਜਿਹੜਾ ਸਿਸਟਮ ਹੈ ਉਹ ਫੇਲ ਹੋ ਗਿਆ ਕਿ ਲੋਕ ਹੁਣ ਆਪ ਡਾਂਕਾ ਚੱਕ ਕੇ ਆਪਦੇ ਪਿੰਡਾਂ ਨੂੰ ਆਪਦੇ ਘਰਾਂ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਨਹੀਂ ਨਹੀਂ ਪ੍ਰਸ਼ਾਸਨ ਦੇਖੋ ਸਾਡੇ ਵੱਲੋਂ ਪ੍ਰਸ਼ਾਸਨ ਵੱਲ ਕੋਈ ਟੱਲ ਨਹੀਂ ਕਿਉਂਕਿ ਮੈਂ ਇੱਕ ਚੀਜ਼ ਕਿਹਾ ਕਿ ਜਿੱਥੇ ਖੁਦ ਕਮੇਟੀਆਂ ਪਿੰਡਾਂ ਨੇ ਬਣਾਈਆਂ ਉਹ ਲੋਕਲ ਐਸਐਚਓ ਨੂੰ ਕਿਹਾ ਕਿ ਤੁਸੀਂ ਜਾ ਕੇ ਸਵੇਰੇ ਸ਼ਾਮ ਕਮੇਟੀਆਂ ਵਾਲਿਆਂ ਨੂੰ ਮਿਲਣਾ ਉਹਨਾਂ ਦੀ ਬਕਾਇਦਾ ਇੱਕ ਲਿਸਟ ਆਪਣੇ ਕੋਲ ਰੱਖੋ ਤਾਂ ਕਿ ਕੋਈ ਬੰਦਾ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਤਾਂ ਉਹ ਤੁਸੀਂ ਵੈਰੀਫਾਈ ਕਰ ਸਕੋਗੇ ਵਾਕਈ ਇਹ ਕਮੇਟੀ ਦਾ ਬੰਦਾ ਜਾਂ ਕੋਈ ਬੈਸੀ ਕਹੇ ਉਹਦੀ ਲਿਸਟ ਅਸੀਂ ਕੀ ਕਰ ਰਹੇ ਹਾਂ ਕਿ ਲੋਕਲ ਜਿਹੜੇ ਐਸਐਚਓ ਨੇ ਉਹਨਾਂ ਕੋਲੇ ਹੋਊਗੀ ਸਾਡੇ ਸਬਡਿਵੀਜ਼ਨ ਦਾ ਜਿਹੜਾ ਡੀਐਸਪੀ ਆ ਉਹਦੇ ਕੋਲੇ ਹੋਊਗੀ ਔਰ ਦੂਸਰੀ ਗੱਲ ਅਸੀਂ ਪੂਰਾ ਸਹਿਯੋਗ ਦੇ ਰਹੇ ਹਾਂ ਕਿਉਂਕਿ ਮੈਂ ਮੈਨੂੰ ਖੁਦ ਨਸ਼ੇ ਤੋਂ ਬਹੁਤ ਸਖਤ ਨਫ਼ਰਤ ਹੈ ਪਰ ਮੈਂ ਨਹੀਂ ਚਾਹੁੰਦਾ ਕਿ ਕੋਈ ਸਾਡਾ ਭਰਾ ਇਸ ਮੂੰਹ ਜਾਵੇ ਉਹਦੇ ਲਈ ਮੈਂ ਹਰ ਇੱਕ ਨੌਜਵਾਨ ਨੂੰ ਮੈਂ ਆਪਣੇ ਪਿੰਡਾਂ 'ਚ ਵੀ ਜਾ ਕੇ ਕਹਿਣਾ ਕਿ ਯਾਰ ਜੇ ਤੁਸੀਂ ਛੱਡਣਾ ਚਾਹੁੰਦੇ ਹੋ ਤੁਹਾਡੀ ਦਵਾਈ ਦਾ ਹੱਲ ਅਸੀਂ ਖੁਦ ਕਰਕੇ ਦਵਾਂਗੇ ਔਰ ਪ੍ਰਸ਼ਾਸਨ ਨੂੰ ਖਾਸ ਕਰਕੇ ਸਖਤ ਹਦਾਇਤਾਂ ਨੇ ਹੁਣ ਅਸੀਂ ਇੱਕ ਚੀਜ਼ ਰੱਖੀ ਹੈ ਕਿ ਹਰ ਇੱਕ 15 ਦਿਨਾਂ ਬਾਅਦ ਅਸੀਂ ਨਸ਼ੇ ਤੇ ਜਿਹੜਾ ਲੋਕਲ ਪ੍ਰਸ਼ਾਸਨ ਆ ਸਾਡਾ ਪੁਲਿਸ ਵਿਭਾਗ ਉਹਦੇ ਨਾਲ ਮੀਟਿੰਗ ਕਰਾਂਗੇ ਕਿ ਹਰ ਇੱਕ ਥਾਣੇ ਦੇ ਵਿੱਚੋਂ ਤੁਸੀਂ ਕਿੰਨੇ ਲੋਕਾਂ ਨੂੰ ਜਿਹੜਾ ਫੜ ਕੇ ਅੰਦਰ ਦਿੱਤਾ ਕਿੰਨਿਆਂ ਤੇ ਕਿੰਨੇ ਹੁਣ ਬਾਹਰ ਨੇ ਕਿੰਨੇ ਇਸ ਕੰਮ ਨੂੰ ਛੱਡ ਚੁੱਕੇ ਨੇ ਜਾਂ ਕਿੰਨੇ ਲਗਾਤਾਰ ਰੈਗੂਲਰ ਇਸ ਕੰਮ ਨੂੰ ਕਰ ਰਹੇ ਨੇ ਤੇ ਉਹਦਾ ਕੀ ਹੈ ਕਿ ਆਪਾਂ ਹਰ 15 ਦਿਨਾਂ ਬਾਅਦ ਉਹ ਸਿਧੀ ਰਿਪੋਰਟ ਲੈਣੀ ਆ ਤਾਂ ਕਿ ਅਸੀਂ ਇਹਨੂੰ ਖਤਮ ਕਰਨ ਵਾਲੇ ਅਲੇ ਪਾਸੇ ਨੂੰ ਜਾ ਸਕੀਏ ਔਰ ਇਹ ਸਿਰਫ ਇਹ ਨਹੀਂ ਕਿ ਅਸੀਂ ਪਿੰਡਾਂ 'ਚ ਜਾਂਦੇ ਆ ਮੀਟਿੰਗਾਂ ਕਰਕੇ ਫੋਟੋਆਂ ਪਾਤੀਆਂ ਬਕਾਇਦਾ ਮੈਂ ਹਰ ਇੱਕ ਨੂੰ ਇੱਕ ਚੀਜ਼ ਕਹਾਂ ਨਾ ਕਿ ਤੁਸੀਂ ਕਿਸੇ ਤਸਕਰ ਦਾ ਨਾਂ ਨਹੀਂ ਲੈਣਾ ਤੁਸੀਂ ਮੈਨੂੰ ਦੱਸੋ ਤੁਸੀਂ ਮੇਰੀ ਜ਼ਿੰਮੇਵਾਰੀ ਲਈ ਆ ਮੈਂ ਉੱਥੇ ਵੀ ਉਹ ਲਿਸਟ ਦਿਖਾਈ ਸੀ ਉਹਨਾਂ ਨੂੰ ਕਿ ਜਦੋਂ ਜਿਹੜੇ ਪਿੰਡ 'ਚੋਂ ਮੈਨੂੰ ਲਿਸਟ ਆਉਂਦੀ ਆ ਮੈਂ ਨਾਲ ਦੀ ਨਾਲ ਉਹ ਡੀਐਸਪੀ ਤਪਾ ਐਸਐਸਪੀ ਬਰਨਾਲਾ ਨੂੰ ਭੇਜਦਾ ਕਿਉਂਕਿ ਸੀਐਮ ਸਾਹਿਬ ਨੇ ਕਿਹਾ ਕਿ ਇਸ ਚੀਜ਼ ਨੂੰ ਖਤਮ ਕਰਨ ਦੇ ਲਈ ਸਾਨੂੰ ਪੂਰੀ ਬਾਅਦ ਨਾਲ ਕੰਮ ਕਰਨਾ ਪੈਣਾ ਪਰ ਲੱਭੀ ਦੋਸਤ ਇਹ ਵੀ ਹੈ ਕਿ ਤੁਹਾਨੂੰ ਨਾਮ ਦਿੱਤੇ ਜਾਂਦੇ ਨੇ ਸਿਰਫ ਤੁਹਾਨੂੰ ਨਹੀਂ ਹੋਰ ਵੀ ਬਹੁਤ ਸਾਰੇ ਲੋਕਾਂ ਦਾ ਤਾਂ ਨਾਮ ਪਹਿਲਾਂ ਹੀ ਦਿੱਤੇ ਗਏ ਨੇ ਤਾਂ ਉਹ ਪਹਿਲਾਂ ਹੀ ਸਤਰਕ ਹੋ ਜਾਂਦੇ ਨੇ ਜਿਹੜੇ ਨਸ਼ਾ ਤਸਕਰ ਨੇ ਉਹ ਪਹਿਲਾਂ ਹੀ ਸਾਵਧਨ ਹੋ ਜਾਂਦੇ ਨੇ ਆਪ ਦਾ ਬਚਾਅ ਕਰ ਲੈਂਦੇ ਨੇ ਨਹੀਂ ਇਸ ਤਰ੍ਹਾਂ ਦੀ ਨਹੀਂ ਦੇਖੋ ਗੱਲ ਮੈਂ ਇਹ ਕਿਤੇ ਨਾ ਕਿਤੇ ਕਾਰਨ ਮਤਲਬ ਗੱਲ ਵਿੱਚ ਹੋ ਜਾਂਦੀ ਆ ਕਿ ਕਈ ਵਾਰੀ ਵਿਭਾਗ ਦੇ ਵਿੱਚੋਂ ਜਾਂ ਕਈ ਵਾਰੀ ਹੋਰ ਕਿਸੇ ਸੁਈਆਂ ਤੋਂ ਉਹ ਪਾਸੇ ਹੋ ਜਾਣ ਪਰ ਉਹ ਬਾਲਾ ਟਾਈਮ ਬਚਤੇ ਨਹੀਂ ਜਿਹੜੇ ਮੈਂ ਤੁਹਾਨੂੰ ਨਾਲ ਭਾਈ ਰੂਪੇ ਦੇ ਬੰਦੇ ਦੀ ਗੱਲ ਕਰੀ ਆ ਉਹ ਦੋ ਤਿੰਨ ਵਾਰੀ ਜਦੋਂ ਉਹਦੇ ਤੇ ਰੇਡ ਕਰੀ ਤਾਂ ਉਹ ਨਿਕਲ ਗਿਆ ਸੀ ਪਰ ਜਦੋਂ ਚੌਥੀ ਵਾਰੀ ਉਹਨਾਂ ਨੇ ਪੂਰਾ ਪਲਾਨ ਕਰਕੇ ਜਿਹੜਾ ਉਹਨੂੰ ਜਿਹੜਾ ਦਬੋਚ ਲਿਆ ਤੇ ਅੱਜ ਉਹ ਬੰਦਾ ਜੇਲ੍ਹ ਦੇ ਵਿੱਚ ਕਿੰਨਾ ਕੁ ਟਾਈਮ ਬਚੂ ਇੱਕ ਵਾਰੀ ਦੋ ਵਾਰੀ ਬਚੂ ਪਰ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਨੇ ਕਿ ਅਸੀਂ ਇਸ ਚੀਜ਼ ਨੂੰ ਖਤਮ ਕਰਨਾ ਹਰ ਹੀਲੇ ਤਾ ਪ੍ਰਸ਼ਾਸਨ ਵੀ ਲੱਗਿਆ ਹੋਇਆ ਮੈਂ ਵੀ ਹਰ ਵੇਲੇ ਹਾਜ਼ਰ ਹਾਂ ਤੇ ਲੋਕਾਂ ਤਾਂ ਪਹਿਲੇ ਹੀ ਚਾਹੁੰਦੇ ਆ ਕਿ ਆਪਾਂ ਇਸ ਚੀਜ਼ ਨੂੰ ਖਤਮ ਕਰੀਏ। ਲਾਲ ਜੀ ਕੀ ਲੱਗਦਾ ਕਦੋਂ ਖਤਮ ਹੋ ਜਾਏਗਾ ਨਸ਼ਾ? ਖਤਮ ਹੋ ਵੀ ਪਾਵੇਗਾ ਕਿ ਨਹੀਂ ਹੋਵੇਗਾ? ਜਾਂ ਅਸੀਂ ਤੁਹਾਡੇ ਉਪਰਾਲਿਆਂ ਦੀ ਗੱਲ ਕਰੀਏ ਤਾਂ ਕੀ ਲੱਗਦਾ ਇੱਕ ਹਲਕਾ ਜਾਂ ਪੂਰਾ ਸੂਬਾ ਕਦੋਂ ਤੱਕ ਨਸ਼ਾ ਮੁਕਤ ਹੋ ਸਕਦਾ ਹੈ? ਅ ਦੇਖੋ ਜੀ ਇਹਨੂੰ ਮੁਕਤ ਕਰਨ ਦੇ ਲਈ ਹੁਣ ਲੋਕਾਂ ਦਾ ਜਿਹੜਾ ਭਰਪੂਰ ਸਾਥ ਮਿਲ ਰਿਹਾ ਤੇ ਜਦੋਂ ਲੋਕਾਂ ਦੇ ਨਾਲ ਪੁਲਿਸ ਤੇ ਮੈਂ ਖੁਦ ਤੇ ਪੂਰੀ ਸਰਕਾਰ ਲੱਗੀ ਆ ਤਾਂ ਬਹੁਤ ਜਲਦ ਇਸ ਚੀਜ਼ ਨੂੰ ਜਿਹੜਾ ਆਪਾਂ ਖਤਮ ਕਰਾਂਗੇ ਹੁਣ ਨੌਜਵਾਨ ਨੂੰ ਤੇ ਬੱਚਿਆਂ ਦੀ ਜਿਹੜੀ ਪਨੀਰੀ ਆ ਉਹਨੂੰ ਸਹੀ ਪਾਸੇ ਲੈ ਕੇ ਜਾਣ ਦੇ ਲਈ ਦੂਜੀ ਵਾਰ ਖੇਡਾਂ ਮਤਨ ਪੰਜਾਬ ਦੀਆਂ ਜਿਹੜੀਆਂ ਹੋ ਰਹੀਆਂ ਬਹੁਤ ਰਜਿਸਟ੍ਰੇਸ਼ਨ ਪਹਿਲਾਂ ਇਸ ਸਾਲ ਨਾਲੋਂ ਇਤਕੀ ਵਧੀ ਆ ਜਦੋਂ ਬੱਚਿਆਂ ਨੂੰ ਚਿੰنگ ਲੱਗੂਗੀ ਮੈਡਲ ਛਾਤੀਆਂ ਤੇ ਲਮਕਾਉਣ ਦੀ ਜੋ ਪਹਿਲਾਂ ਜਿੱਥੇ ਸਾਡੇ ਨੌਜਵਾਨਾਂ ਨੇ ਜਿਹੜਾ ਪੰਜਾਬ ਦਾ ਨਾਂ ਖੇਡਾਂ ਚ ਰੌਸ਼ਨ ਕਰਿਆ ਸੀ ਇੱਕ ਨੰਬਰ ਤੇ ਹੁੰਦੇ ਸੀ ਕਿਸੇ ਕਾਰਨਾਂ ਕਰਕੇ ਸੀ ਪਿੱਛੇ ਰਹਿ ਗਏ ਪਰ ਹੁਣ ਖੇਡਾਂ ਮਤਨ ਪੰਜਾਬ ਦੀਆਂ ਹੋਈਆਂ ਨਵੀਆਂ ਗੇਮਾਂ ਵੀ ਸ਼ਾਮਲ ਕਰੀਆਂ ਗਈਆਂ ਪਿੰਡ ਲੈਵਲ ਤੋਂ ਰਜਿਸਟ੍ਰੇਸ਼ਨ ਹੋ ਕੇ ਬਲਾਕ ਲੈਵਲ ਜ਼ਿਲ੍ਹਾ ਲੈਵਲ ਤੇ ਪੰਜਾਬ ਲੈਵਲ ਤੇ ਜਿਹੜੇ ਉਹ ਬੱਚੇ ਆ ਜਿਹੜੇ ਉਸ ਚੀਜ਼ ਵੱਲ ਨੂੰ ਵਧਣਗੇ ਨਸ਼ਾ ਤੁਹਾਨੂੰ ਕੀ ਲੱਗਦਾ ਆਉਂਦਾ ਕਿੱਥੋਂ ਆ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਨਸ਼ਾ ਵਿਕਣਾ ਸ਼ੁਰੂ ਹੋ ਗਿਆ ਬਹੁਤ ਸਾਰੀਆਂ ਤਸਵੀਰਾਂ ਵੱਖ-ਵੱਖ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਤੇ ਆਉਂਦੀਆਂ ਨੇ ਪਰ ਤੁਸੀਂ ਕੜੀਓ ਪ੍ਰਸ਼ਾਸਨ ਦੀ ਤੁਸੀਂ ਸਰਕਾਰ ਦੀ ਇੱਕ ਬਹੁਤ ਵੱਡੀ ਕੜੀਓ ਨਜ਼ਰਸਾਨੀ ਤੁਸੀਂ ਕਰਦੇ ਹੋ ਤੁਹਾਨੂੰ ਕੀ ਲੱਗਦਾ ਜਿਹੜਾ ਨਸ਼ਾ ਪਿੰਡਾਂ ਦੇ ਘਰਾਂ ਚ ਪਹੁੰਚ ਗਿਆ ਇਹ ਆਇਆ ਕਿੱਥੋਂ ਦੇਖੋ ਨਸ਼ਾ ਤਾਂ ਜਿਹੜੇ ਪੰਜਾਬ ਦੇ ਨਾਲ ਸਰਹੱਦ ਆਪਣਾ ਸਰਹੱਦੀ ਆਪਣਾ ਹੈਗਾ ਸਟੇਟ ਉੱਥੋਂ ਵੀ ਆਉਂਦਾ ਔਰ ਲੋਕਲ ਜਿਹੜੀਆਂ ਹੋਰ ਆਪਣੇ ਨਾਲ ਦੂਸਰੀਆਂ ਸਟੇਟਾਂ ਉੱਥੋਂ ਵੀ ਆਉਂਦਾ ਕਿਉਂਕਿ ਤੁਸੀਂ ਦੇਖੇ ਹੋਣਾ ਕਿ ਮੀਡੀਆ ਤਾਂ ਉਹ ਚੀਜ਼ਾਂ ਨੂੰ ਜਦੋਂ 70 70 ਕਰੋੜ ਦੀ ਹੈਰੋਇਨ ਸਮੈਗ ਫੜੀ ਜਾਂਦੀ ਹੈ ਤਾਂ ਮੀਡੀਆ ਉਹਨਾਂ ਚੀਜ਼ਾਂ ਨੂੰ ਕਵਰ ਕਰਦਾ ਸੋ ਪੰਜਾਬ 'ਚ ਹੀ ਬਣਦਾ ਨਹੀਂ ਦੂਸਰੀਆਂ ਸਟੇਟਾਂ ਤੋਂ ਜਿਹੜਾ ਆਪਾਂ ਨੂੰ ਪਤਾ ਹੀ ਉਹ ਆਉਂਦਾ ਹੈ ਇੰਟਰਨੈਸ਼ਨਲ ਬਾਰਡਰ ਠਿਕਾ ਹੈ ਉੱਥੇ ਬੀਐਸਐਫ ਲੱਗੀ ਹੈ ਉੱਥੇ ਕੇਂਦਰ ਸਰਕਾਰ ਦਾ ਜ਼ੋਰ ਵੀ ਹੈ ਜਦੋਂ ਪਰ ਅਸੀਂ ਇੰਟਰਸਟੇਟ ਦੀ ਗੱਲ ਕਰਦੇ ਹਾਂ ਤਾਂ ਉੱਥੇ ਜਾ ਕੇ ਤਾਂ ਪੰਜਾਬ ਸਰਕਾਰ ਦੀ ਇੰਟੈਲੀਜੈਂਸ ਹੈ ਹੋਰ ਬਹੁਤ ਕੁਝ ਹੈ ਉਹ ਕਿਉਂ ਇਸ ਤਰ੍ਹਾਂ ਦੀ ਸਮਰੱਥ ਨਹੀਂ ਹੈ ਜਾਂ ਕਿਉਂ ਇਸ ਪੱਧਰ ਤੱਕ ਹਜੇ ਤੱਕ ਸਤਰਕ ਨਹੀਂ ਹੋ ਸਕੀ ਕਿ ਪਿੰਡਾਂ ਦੇ ਵਿੱਚ ਤੱਕ ਜਿਹੜਾ ਨਸ਼ਾ ਵੜਿਆ ਉਹਨੂੰ ਰੋਕਿਆ ਜਾ ਸਕੇ ਨਹੀਂ ਪੰਜਾਬ ਪੁਲਿਸ ਆਪਣਾ ਕੰਮ ਕਰ ਰਹੀ ਆ ਕਿਉਂਕਿ ਬਰਨਾਲੇ ਜ਼ਿਲ੍ਹੇ ਦੀ ਜੇ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ ਤਾਂ ਬਹੁਤ ਵੱਡੀਆਂ ਜਿਹੜੀਆਂ ਖੇਪਾਂ ਜਿਹੜੀਆਂ ਟਰਾਂਸਫਰ ਹੋ ਰਹੀਆਂ ਸੀ ਇੱਕ ਏਰੀਆ ਤੋਂ ਦੂਸਰੇ ਤੋਂ ਸਾਡੀ ਪੁਲਿਸ ਨੇ ਉਹ ਫੜੀਆਂ ਤੇ ਉਹਦਾ ਜਿਹੜਾ ਪੂਰੇ ਮੀਡੀਆ ਪੂਰੇ ਪੰਜਾਬ ਦੀਆਂ ਵੱਡੀਆਂ ਖੇਪਾਂ ਫੜੀਆਂ ਹੈ ਨਾ ਤਾਂ ਸਤਾਰਕ ਹੈਗੀ ਆ ਪੁਲਿਸ ਇਸ ਤਰ੍ਹਾਂ ਦੀ ਇੰਟੈਲੀਜੈਂਸੀ ਵੀ ਉਹਨਾਂ ਦਾ ਕੰਮ ਕਰਦਾ ਪਰ ਇੱਕ ਚੀਜ਼ ਇਹ ਹੁੰਦੀ ਆ ਕਿ ਜਦੋਂ ਬੰਦੇ ਨੂੰ ਕਈ ਵਾਰੀ ਕਿਉਂਕਿ ਉਹ ਉਹ ਬੜੇ ਲੰਮੇ ਟਾਈਮ ਤੋਂ ਇਸ ਚੀਜ਼ 'ਚ ਲੱਗੇ ਹੋਏ ਅਸੀਂ ਨਵੇਂ ਆਏ ਆ ਤੇ ਅਸੀਂ ਇਹ ਪੂਰਾ ਪੁਲਿਸ ਪ੍ਰਸ਼ਾਸਨ ਨੂੰ ਮੇਰੇ ਵੱਲੋਂ ਤਾਂ ਮੇਰੇ ਹਲਕੇ ਚ ਪੂਰੀਆਂ ਸਖਤ ਹਦਾਇਤਾਂ ਨੇ ਕਿ ਅਸੀਂ ਬਿਲਕੁਲ ਵੀ ਕਿਸੇ ਬੰਦੇ ਨੂੰ ਬਖਸ਼ਣਾ ਨਹੀਂ ਹੈਗਾ ਕਿਉਂਕਿ ਜਿਹੜਾ ਦੇਖੋ ਔਰ ਦੂਸਰੀ ਗੱਲ ਜਿਹੜੀਆਂ ਸੰਪਤੀਆਂ ਫ੍ਰੀਜ਼ ਕਰ ਰਹੀ ਹੈ ਸਰਕਾਰ ਉਹ ਚੀਜ਼ ਵੀ ਇੱਕ ਪਹਿਲ ਕਦਮੀ ਹੈਗੀ ਆ ਕਿ ਯਾਰ ਇੱਕ ਬੰਦੇ ਨੇ ਚੰਗਾ ਪੈਸਾ ਕਮਾ ਲਿਆ ਤਾਂ ਦੂਸਰਾ ਉਹਨੂੰ ਦੇਖ ਕੇ ਲੱਗਦਾ ਕਿ ਯਾਰ ਇਹਦਾ ਕੀ ਕਰ ਲਿਆ ਬਿਲਕੁਲ ਪਰ ਜਦੋਂ ਉਹਦੀਆਂ ਸੰਪਤੀਆਂ ਉਹਦੀਆਂ ਕਾਰਾਂ ਕੋਠੀਆਂ ਮਕਾਨ ਜ਼ਮੀਨਾਂ ਜਿਹੜੀਆਂ ਹੁਣ ਉਹ ਜਿਹੜੀਆਂ ਮਤਲਬ ਉਹ ਉਹਨੂੰ ਸੀਲ ਕਰੀਆਂ ਜਾ ਰਹੀਆਂ ਤਾਂ ਉਹ ਉਹ ਚੀਜ਼ ਨਾਲ ਵੀ ਲੋਕਾਂ ਨੂੰ ਲੱਗਣਾ ਕਿ ਨਹੀਂ ਯਾਰ ਆਖਰ ਨੂੰ ਤਾਂ ਮਿਹਨਤ ਦਾ ਪੈਸਾ ਹੀ ਆ ਜਿਹੜਾ ਉਹੀ ਕੰਮ ਆਉਣਾ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਸੰਪਤੀਆਂ ਜਬਤ ਕਰਨਾ ਕਿਸੇ ਨਾ ਕਿਤੇ ਸਿੱਧੂ ਤੌਰ ਤੇ ਪੰਜਾਬੀ ਚ ਕਿਹਾ ਜਾਂਦਾ ਕਿ ਕੌਮ ਮਾਰਕ ਟੰਗਣ ਵਾਲੀ ਗੱਲ ਹੈ ਵੀ ਲੋਕਾਂ ਨੂੰ ਕੰਨ ਹੋ ਗਏ ਨਸ਼ਾ ਤਸਕਰਾਂ ਨੂੰ ਨਹੀਂ ਬਿਲਕੁਲ ਜੀ ਦੇਖੋ ਇੱਕ ਬੰਦਾ ਮਿਹਨਤ ਕਰਕੇ ਰੋਜੀ ਰੋਟੀ ਕਮਾ ਕੇ ਆਪਣਾ ਮਕਾਨ ਬਣਾਉਂਦਾ ਤੇ ਉਹਦੇ ਨਾਲ ਕਈ ਵਾਰੀ ਨਸ਼ਾ ਤਸਕਰਾਂ ਜਿਹੜਾ ਉਹ ਆਹੀ ਪੰਜ ਸਾਲਾਂ ਦੇ ਵਿੱਚ ਹੀ ਜਿਹੜਾ ਮਹਿਲ ਮਨਾਰੇ ਉਸਾਰ ਲੈਂਦਾ ਤਾਂ ਉਥੇ ਇਹ ਬਹੁਤ ਚੰਗਾ ਇਹ ਜਿਹੜਾ ਫੈਸਲਾ ਹੈਗਾ ਕਿ ਕਿ ਜਿਹੜੀ ਚੀਜ਼ ਲਈ ਉਹ ਕੰਮ ਕਰਿਆ ਉਹ ਪੈਸਾ ਕਦ ਲਈ ਕਮਾਰਿਆ ਕੋਠੀਆਂ ਲਈ ਕਾਰਾਂ ਲਈ ਜ਼ਮੀਨਾਂ ਦੇ ਲਈ ਤੇ ਜੇ ਅਸੀਂ ਉਸੇ ਚੀਜ਼ ਤੇ ਰੋਕ ਲਾ ਦਾਂਗੇ ਤਾਂ ਨਾ ਕਿਤੇ ਨਾ ਕਿਤੇ ਉਹਦਾ ਵੀ ਉਹਦੇ ਮਨ 'ਚ ਵੀ ਆਉਣਾ ਕਿ ਯਾਰ ਮੈਂ ਕਰ ਤਾਂ ਇਸੇ ਚੀਜ਼ ਲਈ ਰਿਆ ਠੀਕ ਹੈ ਸੋ ਧੰਨਵਾਦ ਸਰ ਰੋਬੋਟ ਸੋ ਨਸ਼ੇ ਨੂੰ ਲੈ ਕੇ ਸਰਕਾਰ ਕੰਮ ਕਰ ਰਹੀ ਆ ਨਸ਼ੇ ਨੂੰ ਲੈ ਕੇ ਜਿੱਥੇ ਨਸ਼ਾ ਤਸਕਰ ਫੜੇ ਜਾ ਰਹੇ ਨੇ ਉੱਥੇ ਹੀ ਨਸ਼ਾ ਤਸਕਰਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹ ਵੀ ਜ਼ਬਤ ਕੀਤੀਆਂ ਜਾ ਰਹੀਆਂ ਨੇ ਤੇ ਸਿੱਧੇ ਤੌਰ ਤੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਨਸ਼ਾ ਤਸਕਰਾਂ ਨੂੰ ਕਿ ਉਹਨਾਂ ਦਾ ਅੰਜਾਮ ਵੀ ਇਹ ਜਾ ਹੋਵੇਗਾ ਹੁਣ ਦੇਖਣਾ ਇਹ ਆ ਜਿਹੜਾ ਵਿਜ਼ਨ ਲੈ ਕੇ ਸਰਕਾਰ ਚੱਲੀ ਆ ਜਾਂ ਜਿਹੜੇ ਵਾਅਦੇ ਸਰਕਾਰ ਕਰ ਰਹੀ ਹੈ ਦਾਅਵੇ ਕਰ ਰਹੀ ਹੈ ਕਿ ਪੰਜਾਬ ਨੂੰ ਰੰਗਲਾ ਬਣਾਉਣਾ ਨਸ਼ਾ ਮੁਕਤ ਬਣਾਉਣਾ ਤਾਂ ਉਹ ਤਸਵੀਰ ਸਾਡੇ ਸਾਹਮਣੇ ਕਦੋਂ ਪੇਸ਼ ਹੁੰਦੀ ਹੈ ਮੈਂ ਸਰਖਾਬ ਆਪਣੇ ਸਹਿਯੋਗੀ ਜੱਸੀ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ